ਤੁਹਾਡੇ ਤੇ ਹਮਲਾ ਹੋਇਆ, ਕਿਸ ਤਰ੍ਹਾਂ ਹੋਇਆ? ਮਤਲਬ ਮੈਂ ਸਰਦਾਰ SI ਦਰਸ਼ਨ ਸਿੰਘ ਦੇ ਨਾਲ ਮੁਕੱਦਮੇ ਦੀ ਤਫਤੀਸ਼ 'ਚ ਗਏ ਹਾਂ ਜੀ। ਹਾਂਜੀ ਹਾਂਜੀ ਅੱਗੋਂ ਮੁਕਬਰ ਮਿਲਿਆ ਉਹਨਾਂ ਨੂੰ, ਪੇਤਰਾ ਅਜੀ ਕੁਮਾਰ ਇਹਦੇ SI ਪੁੱਤਰ ਛਿੰਦਾਪਾਲ ਜੀ, ਹਾਂਜੀ ਪੁੱਤਰ ਛਿੰਦਰਪਾਲ ਵਾਸੀਆਂ ਗੁਰੂਘਰ ਸਾਹਿਬ, ਅਤੇ ਚਿੱਟਿਆ ਵੇਚਣ ਦਾ ਧੰਦਾ ਕਰਦਾ, ਜੋ ਰੇਟ 'ਤੇ ਗਏ ਤਾਂ ਅੱਗੋਂ ਪਾਸਿਓਂ ਵੇਖ ਕੇ ਭੱਜਣ ਲੱਗਾ। ਅਸੀਂ ਉਹਨੂੰ ਫੜਿਆ, ਉਹਦੇ ਕੋਲ ਸਮਾਨ ਬਰਾਮਦ ਹੋਇਆ 5 ਗ੍ਰਾਮ ਜੀ। ਹਾਂਜੀ ਉਹ ਚੀਕਾਂ ਮਾਰਨ ਡਿਆ ਪਿਆ, ਉੱਚੀ ਉੱਚੀ ਗਾਲਾਂ ਕੱਢਣ, ਰੌਲਾ ਪਾਉਣ ਡਿਆ ਪਿਆ, ਉਹਦਾ ਪਰਿਵਾਰ ਇਕੱਠੇ ਹੋ ਕੇ ਆ ਗਏ ਉੱਥੇ। ਉਹਨਾਂ ਨੇ ਫਿਰ ਮੁੜ ਕੇ ਫੜਨਾ, ਹੱਥੋਂ ਹੋਣ ਡਿਆ ਪਏ, ਉਹਨੂੰ ਛਡਵਾ ਕੇ ਉਹਨਾਂ ਨੇ ਭਜਾ ਦਿੱਤਾ, ਅਤੇ ਮੇਰੇ ਉਹ ਗੁੱਥ ਮੇਰੇ ਨਾਲ ਗੁੱਥਮ ਗੁੱਥੀ ਹੋਣ ਡਿਆ ਪਿਆ। ਅਤੇ ਤੁਹਾਡੇ ਕੋਈ ਵਰਦੀ ਵੁਰਦੀ ਉਹਨਾਂ ਨੇ ਫਾੜੀ? ਮੇਰੀ ਵਰਦੀ ਵੀ ਉਹਨਾਂ ਨੇ ਪਾੜੀ ਜੀ, ਰਕੇਸ਼ ਕੁਮਾਰੀ ਲਈ ਸਕੇਸ਼ੀ ਉਹਦਾ ਭਰਾ, ਉਹਨੇ ਬੇਸਬਾਲ ਮੇਰੇ ਬਾਂਹ 'ਤੇ ਮਾਰਿਆ, ਹਾਂਜੀ ਸਿਰ 'ਚ ਮਾਰਨ ਲੱਗਾ ਸੀ, ਮੈਂ ਹੱਥ ਉੱਪਰ ਕੀਤਾ, ਮੇਰੇ ਸਿਰ ਹੱਥ 'ਤੇ ਵੱਜਿਆ ਬੇਸਬਾਲ। ਬਸ ਉਹ ਸਾਡੇ ਹੋਰ ਮੁਲਾਜ਼ਮਾਂ ਨਾਲ ਵੀ ਗੁੱਥਮ ਗੁੱਥੀ ਹੋਏ, ਮੇਰੇ ਉਹਨਾਂ ਹੱਥ 'ਤੇ ਸੱਟ ਲੱਗ ਗਈ, ਫਿਰ ਮੈਂ ਇੱਥੇ ਐਡਮਿਟ ਵੀ ਹੋਇਆ ਜੀ। ਠੀਕ, ਪੁਲਿਸ ਨੂੰ ਇਹਨਾਂ ਵਾਹਵਾ ਕਾਫੀ ਗਾਲੀ ਗਲੋਚ ਕੀਤਾ ਇਹਨਾਂ ਨੇ ਜੀ, ਮੁਹੱਲੇ ਵਾਲਿਆਂ ਨੇ। ਠੀਕ, 15-20 ਬੰਦੇ ਇਕੱਠੇ ਸੀਗੇ, ਮੁਹੱਲਾ ਸਾਰਾ ਇਕੱਠਾ ਹੋ ਗਿਆ, ਇਹਨਾਂ ਨੇ ਗਾਲੀ ਗਲੋਚ ਵੀ ਪੁਲਿਸ ਨੂੰ ਕੀਤਾ ਜੀ। ਇਹਦੀ ਜਾਂਚ ਦੀ ਮੰਗ ਕਰਦੇ ਹੋ ਤੁਸੀਂ ਵੀ ਜਾਂਚ ਹੋਣੀ ਚਾਹੀਦੀ ਹੈ? ਜਾਂਚ ਹੋਣੀ ਚਾਹੀਦੀ ਹੈ, ਮੈਂ ਸੀਨੀਅਰ ਅਫਸਰਾਂ ਨੂੰ ਬੇਨਤੀ ਕਰਦਾ ਵੀ ਮੁਕੱਦਮੇ ਦੀ ਜਾਂਚ ਹੋਣੀ ਚਾਹੀਦੀ ਜ਼ਰੂਰ। ਠੀਕ, ਇਹਨਾਂ ਦੇ ਵਰਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਠੀਕ, ਗੁਰੂ ਸਾਹਿਬ ਵਾਲਾ।